ਹੈਲੋ ਹਾਂਜੀ ਦੋਸਤੋ, ਹੋਰ ਕੀ ਹਾਲ ਚਾਲ ਹੈ? ਇਹ ਹੈ BS4 2019 ਮਾਡਲ। ਇਹਦੇ ਕੰਮ ਨੇ ਖਾਸੇ ਕਰਨ ਵਾਲੇ, ਅਤੇ ਕਰਦੇ ਹਾਂ ਆਪਾਂ ਥੋੜ੍ਹਾ ਜਿਹਾ ਮੰਗ ਜੀ 'ਚ ਚੱਲ ਕੇ ਆਇਆ, ਅਤੇ ਅੰਦਰ ਲੈ ਕੇ ਚੱਲਦੇ ਹਾਂ, ਫਿਰ ਕਰਦੇ ਹਾਂ। ਪਹਿਲਾਂ ਤਾਂ ਪਾਣੀ ਪੂਣੀ ਮਾਰਦੇ ਆਪਾਂ, ਅਤੇ ਕੰਮ ਵੀ ਤੁਹਾਨੂੰ ਦਿਖਾਵਾਂਗੇ ਵੀ ਮੰਗ 'ਚ ਦਿੱਤਾ ਹੋਇਆ ਮੋਟਰਸਾਈਕਲ ਕਿਵੇਂ ਚੱਲਦੇ ਨੇ। ਆਹ ਫਿਲਟਰ ਦੇ ਹਾਲਾਤ ਦੇਖੋ ਜੀ ਕੀ ਹੋਏ ਨੇ। ਆਪਾਂ ਮੰਗ 'ਚ ਸੰਦ ਤਾਂ ਦੇ ਦਾਨੇ ਆ, ਅਗਲਾ ਐਂ ਕਹਿੰਦਾ ਇਹਨੂੰ ਜੋ ਜੋ ਦੇਖੀਏ। ਕਿਸੇ ਨੇ ਮਾਂ ਦੇ ਪੁੱਤ ਨੂੰ ਜਿਹਨੂੰ ਦਿੱਤਾ ਸੀ ਉਹਨੇ ਫਿਲਟਰ ਵੀ ਨਹੀਂ ਚੇਂਜ ਕਰਾਇਆ ਹੈਗਾ। ਠੀਕ ਹੈ ਜੀ, ਮੈਂ ਤਾਂ ਇਹੀ ਕਹਿਣਾ ਵੀ ਮੰਗ 'ਚ ਸੰਦ ਦੇਣਾ ਨਹੀਂ ਚਾਹੀਦਾ। ਆਹ ਦੇਖ ਲਓ, ਸਾਰੇ ਤਾਂ ਇਹ ਸੌਕਟ ਸਾਫ਼ ਕਰਾਂਗੇ ਹੁਣ ਆਪਾਂ, ਅਤੇ ਹੁਣ ਧੋਣਾ ਹੈਗਾ। ਅਤੇ ਆਹ ਫਿਊਜ ਕੱਢ ਲਿਆ ਆਪਾਂ ਨੇ ਸਾਰਿਆਂ ਦੇ, ਕਮਿਜਲ ਭਾਈ ਹੈ ਸਾਰਾ। ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਧਰੋਂ ਵੀ ਖੋਲ੍ਹ ਲਿਆ ਆਪਾਂ ਨੇ ਆਹ ਸਾਰੇ ਸੌਕਟ। ਇਹ ਮੋਟਰਸਾਈਕਲ ਕੀ ਕਰਦਾ ਦੀ, ਹਜਕੇ ਜੇ ਮਾਰਦੇ ਐਂ ਚੱਲਦਾ ਚੱਲਦਾ ਵੀ, ਮਤਲਬ ਝੂਟੇ ਜੇ ਘਾਇ ਰੁਕ ਗਿਆ, ਖੜ ਗਿਆ, ਰੁਕ ਗਿਆ, ਖੜ ਗਿਆ। ਠੀਕ ਹੈ ਜੀ, ਅਤੇ ਕਾਰਬੋਰੇਟਰ ਵਗੈਰਾ ਸਾਰਾ ਕੁਛ ਆਪਾਂ ਸਾਫ਼ ਕਰਾਂਗੇ। ਅਤੇ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਅਤੇ ਪਾਤਸ਼ਾਹ, ਅਤੇ ਇਹਨਾਂ ਦਾ ਆਪਾਂ ਇੱਧਰ ਸਤਿਕਾਰ ਨਾਲ ਧਰਦੇ ਹਾਂ ਇੱਧਰ। ਅਤੇ ਆਹ ਹਾਲਾਤ ਦੇਖ ਲਓ, ਨਾ ਕਾਰਬੋਰੇਟਰ ਸਾਫ਼ ਕਰਾਇਆ, ਆਹ ਸ਼ੌਕਰਾਂ ਦੇ ਹਾਲਾਤ ਦਿਖਾਉਣਾ ਤੁਹਾਨੂੰ, ਆਹ ਦੇਖੋ। ਠੀਕ ਹੈ ਜੀ, ਕਿਹੋ ਜਿਹੇ ਹਾਲਾਤ ਕਰੇ ਨੇ। ਕਾਰਬੋਰੇਟਰ ਵੀ ਸਾਫ਼ ਕਰਾਂਗੇ, ਫਿਲਟਰ ਵੀ ਨਵਾਂ ਲਾਵਾਂਗੇ, ਬਕਸਾ ਇਹ ਵੀ ਸਾਫ਼ ਕਰਾਂਗੇ ਆਪਾਂ, ਅਤੇ ਬ੍ਰੇਕ ਲੈਦਰ ਚੈਨ ਦੇ ਹਾਲਾਤ ਸੁਣਾ। ਚੈਨ ਦੇ ਚੈਨ ਵੀ ਨਹੀਂ ਕਸਾਈ ਮਾਂ ਦੇ ਪੁੱਤ ਨੇ, ਲੈ ਵੀ ਚੈਨ ਤਾਂ ਕਸਾ ਲਾ ਜੇ ਤੈਨੂੰ ਅਗਲੇ ਨੇ 2.5 ਲੱਖ ਦਾ ਸੰਦ ਫੜਾ ਤਾ ਯਾਰ। ਬ੍ਰੇਕ ਬਰੂਕ ਤਾਂ ਕਰਾ ਲਿਆ ਹੈ ਨਾ, ਮਗਲੈਲ ਮਗਲੂਲ ਚੇਂਜ ਕਰ ਦੇ ਨਾ ਜੀ। ਮੈਂ ਤਾਂ ਇਹ ਕਹਿੰਦਾ ਭਰਾ, ਉਹ ਮੰਗ 'ਚ ਸੰਦ ਦੇਣਾ ਨਹੀਂ ਚਾਹੀਦਾ, ਚਾਹੇ ਅਗਲੇ ਨੂੰ ਮੇਰੀਆਂ ਗੱਲਾਂ ਦਾ ਗੁੱਸਾ ਹੀ ਲੱਗੇ, ਚਾਹੇ ਜਿਹਨੂੰ ਵੀ ਦਿੱਤਾ ਤੀਗਾ। ਪਰ ਮੈਂ ਗੱਲ ਸਹੀ ਕਹਿਣਾ ਵੀ ਸੰਦ ਮੰਗ 'ਚ ਦੇਣਾ ਨਹੀਂ ਚਾਹੀਦਾ। ਅਗਲਾ ਜੋ ਜੋ ਕੇ ਦੇਖਦਾ ਵੀ ਕਿਹੋ ਜਿਹਾ ਚੱਲਦਾ, ਕਿਉਂ ਅਗਲਾ ਆਪਦਾ ਬਣਾ ਕੇ ਚਲਾਉਂਦਾ, ਐਂ ਥੋੜ੍ਹੀ ਹੈਗਾ ਵੀ ਇਹ ਬਗਾਨਾ ਹੈਗਾ ਨਾ, ਆਪਦਾ ਸਮਝ ਕੇ ਚਲਾਇਆ ਹੋਇਆ ਮੋਟਰਸਾਈਕਲ ਹੈ। ਵੀ ਪਤੰਦਰਾ ਭਲਿਆ ਮਾਨਸਾ, ਇਹ ਤੈਨੂੰ ਸੰਦ ਦੇ ਤਾ, ਤੂੰ ਇਹਦੀ ਮਾੜਾ ਮੋਟਾ ਹੱਥ ਤਾਂ ਮਰਵਾ ਦੇ, ਆਪਦਾ ਸਮਝ ਕੇ ਚਲਾ ਇਹਨੂੰ, ਤਾਂ ਉਹੀ ਬਗਾਨਾ ਹੀ ਸਮਝ ਲਿਆ। ਨਹੀਂ ਭਰਾ, ਉਹ ਮੰਗ 'ਚ ਦੇਣਾ ਨਹੀਂ ਚਾਹੀਦਾ ਅੱਜ ਕੱਲ੍ਹ। ਆਹ ਪਿੱਛੋਂ ਹਾਲਾਤ ਦੇਖ ਲਓ, ਇੰਡੀਕੇਟਰ ਵੀ ਨਹੀਂ ਪਵਾਇਆ, ਬੈਕਲਾਈਟ ਸ਼ੀਸ਼ਾ ਵੀ ਫੁੱਟਿਆ ਪਿਆ। ਠੀਕ ਹੈ ਜੀ, ਹੁਣ ਆਪਾਂ ਨੂੰ ਕੰਪਰੈਸਰ ਮਾਰਾਂਗੇ, ਕੰਪਰੈਸਰ ਨਾਲ ਕਰਦੇ ਹਾਂ ਸਾਰੇ ਨੂੰ ਸਾਫ਼, ਅਤੇ ਕਾਰਬੋਰੇਟਰ ਵਗੈਰਾ ਖੋਲ੍ਹਾਂਗੇ, ਅਤੇ ਸ਼ੌਕਰਾਂ ਸ਼ੁਕਰਾਂ ਦਾ ਜੋ ਵੀ ਕੰਮ ਹੋਣ ਵਾਲਾ ਹੋਊਗਾ ਆਪਾਂ ਕਰਾਂਗੇ। ਤੁਸੀਂ ਵੀਡੀਓ ਨਾਲ ਬਣੇ ਰਹੋ, ਅਤੇ ਕੰਮ ਤੁਹਾਨੂੰ ਵਧੀਆ ਲੱਗਿਆ ਆਪਣਾ ਅੱਗੇ ਸ਼ੇਅਰ ਕਰਦਿਆ ਕਰੋ, ਚੈਨਲ ਸਬਸਕ੍ਰਾਈਬ ਕਰਾ ਦਿਓ ਕਰ ਦਿਓ ਜੀ। ਠੀਕ ਹੈ ਭਰਾ, ਉਹ ਆਜ ਮੇਰੇ। ਪਹਿਲਾਂ ਤਾਂ ਆਪਾਂ ਧਰੀਏ ਬਾਬਾ ਮਹਾਰਾਜ ਜੀ ਦਾ ਖੰਡਾ, ਬਾਬਾ ਦੀਪ ਸਿੰਘ ਦੀ ਫੋਟੋ ਇੱਧਰ, ਅਤੇ ਨਟ ਆਪਣੇ ਖੁੱਲ੍ਹੇ ਹੋਏ ਨੇ ਸ਼ੀਟ ਦੇ, ਮਗਰਾਟ ਦੇ ਵੀ ਲਾਹਾਂਗੇ, ਸਾਰੇ ਸੌਕਟ ਸਾਫ਼ ਕਰਦੇ ਹਾਂ ਆਪਾਂ। ਇੱਧਰਲਾ ਵੀ ਢਿੱਲਾਈ ਹੈ, 21 ਨੰਬਰ ਦੇ ਵੀ ਢਿੱਲੀ ਨੇ ਥੱਲੋਂ, ਉਹ ਨੰਬਰ ਪਲੇਟ ਖੋਲ੍ਹਣੀ ਹੈ ਆਪਾਂ ਨੇ। 11 ਤਾਂ ਮੈਂ ਸੌਕਟਾਂ ਦੇ ਪਾਣੀ ਮਾਰਤਾ, ਦੇਖੋ ਸਫਾਈ ਕੀਤੀ ਹੈ। ਅਤੇ ਇੱਧਰਲੇ ਸੌਕਟ ਵੀ ਤੁਹਾਨੂੰ ਦਿਖਾਉਣਾ, 11 ਦਾ ਪਾਣੀ ਮਾਰਤਾ,
ਇੱਕ ਵਾਰੀ ਹੋਰ ਪਾਣੀ ਮਾਰਾਂਗੇ, ਪੈਟਰੋਲ ਮਾਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਮਗਰਾਟ ਲਾ ਦਿਆਂ ਮੈਂ। ਨਿਕਲ ਗਿਆ ਤਾਨ 'ਚੋਂ, ਇੱਧਰੋਂ ਵੀ ਨਿਕਲ ਗਿਆ ਆਪਣਾ। ਆਹ ਕੱਢ ਲਈਏ ਆਪਾਂ, ਮਗਰਾਟ ਕੱਢ ਕੇ ਫਿਰ ਅੱਗੇ ਵੱਧਦੇ ਹਾਂ। ਪੀ ਵੀ ਭਰ ਲਈਏ ਤੇਲ ਦੀ, ਫਿਰ ਇਹ ਤੋਂ ਬਾਅਦ ਲਾਉਂਦੇ ਹਾਂ ਟੈਂਕੀ ਆਪਾਂ। ਟੈਂਕੀ ਲਾ ਕੇ ਨਾਲ ਇਹਦਾ ਖੋਲਾਂਗੇ ਵਿਚਾਲ ਵਾਲਾ ਬਕਸਾ, ਅਤੇ ਕੁੱਪੀ ਆਪਣੀ ਭਰਨ ਵਾਲੀ ਹੈ। ਕਿਉਂਕਿ ਕੁੱਪੀ ਤਾਂ ਭਰਦੇ ਹਾਂ, ਪੈਟਰੋਲ ਨਾਲ ਕਾਰਬੇਟਰ ਦੀ ਸਫਾਈ ਕਰਾਂਗੇ, ਨਾਲੇ ਸਾਊਟ ਸਾਫ਼ ਕਰਾਂਗੇ। ਅਤੇ ਹੁਣ ਆਪਾਂ ਟੈਂਕੀ ਵੀ ਲਾਈ ਦਿੰਦੇ ਹਾਂ, ਕਿਉਂ ਫਿਰ ਆਪਾਂ ਨੂੰ ਤੇਲ ਕੱਢਣਾ ਔਖਾ ਹੋ ਜਾਂਦਾ। ਹੁਣ ਆਪਣਾ ਸਾਫ਼ ਸਫਾਈ ਯੋਗਰਾ, ਦੋ ਕੁੱਪੀਆਂ ਭਰੀਆਂ ਗਈਆਂ ਆਪਣੀਆਂ, ਅਤੇ ਦੋਨੇ ਕੁੱਪੀਆਂ ਭਰੀਆਂ ਇਹ ਪਈਆਂ ਨੇ। ਨਾ ਤਾਂ ਆਪਣਾ ਖੁੱਲ੍ਹ ਸਕੇ ਪਾਇਆ ਪਾਉਂਦੀ ਹੈ। ਇਹਨੂੰ ਵੀ ਖੋਲ੍ਹਾਂਗੇ ਆਪਾਂ, ਖੋਲ੍ਹਦੇ ਹਾਂ ਇੱਧਰ ਮੈਂ ਲੱਗੀ ਲੈ ਜਾਣਾ। ਠੀਕ ਹੈ ਜੀ, ਕਾਗਜ਼ ਲਾ ਲਈਏ, ਪਾਣੀ ਮਾਰਾਂਗੇ, ਚੱਲ ਖੜ ਜਾ। ਲਿਫਾਫਾ ਲਾ ਲੈਣਾ ਕਾਰਬੇਟਰ ਕੱਢ ਕੇ, ਵੀ ਹੈੱਡ ਦੇ ਵਿੱਚ ਪਾਣੀ ਨਾ ਵਗ ਜਾਵੇ, ਆਪਾਂ ਪਾਣੀ ਮਾਰਾਂਗੇ। ਅਤੇ ਜਿਹੜੀ ਆਹ ਪਾਇਪ ਹੈ ਇਹਦੀ ਬਲੇਦਰ ਪਾਇਪ, ਇਹਨੂੰ ਟੁੱਟੀ ਹੋਈ ਤੋੜ ਦਿਉ, ਇੱਥੇ ਇੱਕ ਕਾਬਲਾ ਲਾ ਦਿਉ ਇਸ ਸਲੋਟ, ਵਿੱਚ ਵੀ ਨਾ ਪਾਣੀ ਵਗ ਜਾਵੇ। ਕਾਰਬੇਟਰ ਦੀ ਆਹ ਪਾਇਪ ਰਾਹੀਂ ਤੇਲ ਡੁੱਲੂਗਾ,
ਮਿੰਟ ਮੁੰਟ ਧੋਣੀ, ਇਹ ਵੀ ਕੱਢ ਲੈਣਾ ਆਪਾਂ, ਇਹਦੀ ਸਫਾਈ ਕਰਾਂਗੇ, ਪੈਟਰੋਲ ਇਸੇ ਖਾਤਰ ਹੀ ਕੱਢਿਆ ਆਪਾਂ ਨੇ, ਕਿੰਨਾ ਖਰਾਬ ਹੋਇਆ ਪਿਆ। ਅਤੇ ਹੁਣ ਆਪਾਂ ਇੱਥੇ ਪਾਣੀ ਮਾਰਦੇ ਹਾਂ, ਪਾਣੀ ਵੀ ਤੁਹਾਨੂੰ ਦੱਸਦਾ, ਹਾਲੇ ਆਪਾਂ ਨੇ ਪਲੱਗ ਖੋਲ੍ਹੇ ਨਹੀਂ ਹੈਗੇ ਵੇ, ਠੀਕ ਹੈ ਜੀ, ਪਲੱਗ ਤਾਂ ਨਹੀਂ ਖੋਲ੍ਹੇ ਵੀ ਪਾਣੀ ਨਾ ਪਏ। ਆਹ ਦੇਖੋ ਕਿਵੇਂ ਮਿੱਟੀ ਦੇ ਭੂੰਡ ਬਣਾਏ ਨੇ, ਦੇਖ ਆਹ ਦੇਖਿਓ, ਹਾਂ ਜੀ ਦੇਖ ਰਿਹਾ, ਲੈ ਹੁਣ ਇਹਦੀ ਮੈਂ ਸਫਾਈ ਕਰੂੰ। ਉਹਦੇ ਸ਼ੌਕਰ ਕਿੰਨੇ ਖਰਾਬ ਹੋ, ਪਾਣੀ ਮਰੂੰ ਉੱਥੇ, ਮੈਂ ਤੁਰਾਂ ਕਰ ਲਾ ਕੈਮਰਾ, ਪਾਣੀ ਨਾ ਪਈ। ਪਾਣੀ ਮਾਰ ਕੇ ਨਾਲੇ ਤਾਂ ਚੱਕਾ ਖੋਲ੍ਹਣਾ ਸੌਖਾ, ਲੈਦਰ ਪਾਵਾਂਗੇ ਨਟ ਸੌਖੇ ਖੁੱਲ੍ਹ ਜਾਣਗੇ, ਅਤੇ ਨਾਲੇ ਇਹਦੀਆਂ ਆਪਾਂ ਰਬੜਾਂ ਦੇਖਾਂਗੇ, ਅਤੇ ਨਾਲੇ ਕੱਢਾਂਗੇ ਇਹਦੀ ਚੈਨ ਦੀ ਅੜੀ, ਚੈਨ ਸੈੱਟ ਪੈਂਦਾ ਤਾਂ ਚੈਨ ਸੈੱਟ ਪਾਵਾਂਗੇ। ਟੈਂਕੀ ਵੀ ਸਾਫ਼ ਕਰਾਂਗੇ ਆਪਾਂ ਇਹਦੀ, ਠੀਕ ਹੈ ਜੀ, ਅਤੇ ਹੁਣ ਆਪਾਂ ਮਾਰਾਂਗੇ ਅਤੇ ਬਲੋਰ ਇੱਕ ਮਾੜੇ ਧੁੱਪ ਲਵਾ ਦੇ। ਹਾਲੇ ਕੱਢਦੇ ਹਾਂ ਮਗਲਾ ਯਾਰ, ਠੀਕ ਹੈ ਜੀ। ਬੈਟਰੀ ਮੈਂ ਹੁਣ ਹਟਾਈ ਹੈ, ਪਹਿਲਾਂ ਨਹੀਂ ਮੈਂ ਸਾਊਟ ਕੱਢਤੇ, ਇਸ ਨੂੰ ਹਾਲਾਤ ਦਿਖਾਉਣਾ। ਆਹ ਦੇਖੋ ਚਾਰਜਿੰਗ ਵਾਲੇ ਸਾਊਟ ਨੇ ਇਹ, ਅਤੇ ਆਹ ਦੇਖੋ ਜਿਹਨੂੰ ਚਾਰਜਿੰਗ ਸਹੀ ਨਹੀਂ ਜਾਊ ਤਾਂ ਮੋਟਰਸਾਈਕਲ ਝੂਟੇ ਮਰੂਗਾ। ਹੁਣ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਧੋਣਾ, ਅਤੇ ਇਹ ਤਾਂ ਮੈਂ ਮਾੜਾ ਪਾਣੀ ਮਾਰ ਕੇ ਕੰਪਰੈਸਰ ਮਾਰਦੇ ਹਾਂ, ਖੜ੍ਹਦਾ ਮਾੜਾ ਦੋ ਮਿੰਟ। ਹੋਰ ਚੱਕ ਲਿਆ ਸੀ ਵੀ ਬਲੋਰ ਮਾਰਦੇ ਹਾਂ, ਫਿਰ ਮੈਂ ਸੋਚਿਆ ਮਾੜਾ ਜਿਹਾ ਨਾ ਸਾਬਣ ਵੀ ਤਾਂ ਮਾਰ ਲਈਏ ਸੈਂਪੂ, ਅਤੇ ਬਾਹਲੇ ਹਾਲਾਤ ਖਰਾਬ ਹੋਏ ਪਏ ਕਿ ਮੈਂ ਦੁਬਾਰੇ ਇੱਕ ਗੇਅਰ ਹੋਰ ਪਾਣੀ ਮਾਰ ਦਿੰਦੇ, ਫਿਰ ਦੁਬਾਰੇ ਗੇਅਰ ਹੋਰ ਮਾਰ ਦਿੰਦੇ, ਠੀਕ ਹੈ ਬੰਦਾ, ਠੀਕ ਹੈ ਜੀ। ਕੋਈ ਇੰਜਨ ਦੇ ਦਾਗ ਦੋਗ ਜੇ ਬਾਹਲੇ ਪੈ ਰਹੇ ਹਾਂ, ਆਹ ਠੀਕ ਹੈ ਮੈਂ ਮਾਰ ਕੇ ਪਾਣੀ, ਹੁਣ ਮੈਂ ਬਲੋਰ ਹੀ ਮਾਰਾਂਗੇ।
ਹੁਣ ਇਹਨੂੰ ਅੱਧਾ ਘੰਟਾ ਧੁੱਪ 'ਚ ਖੜਨ ਦੇ। ਠੀਕ ਹੈ, ਠੀਕ ਹੈ ਜੀ। ਕਾਗਜ਼ ਕੱਢਦੇ ਆ ਚੰਗਾ, ਕਈ ਗੱਲ ਕਿ ਕੁੱਕ ਵੱਜ ਕੇ ਅੰਦਰ ਖਿੱਚ ਲੈਣਾ ਹੁੰਦਾ ਅਤੇ ਆਹ ਨਟ ਕੱਢਾਂਗੇ ਭਾਅ ਦੀ ਅਗਲੇ ਦਿਨ ਪੈ ਪਾ ਲੈਂਦੇ ਤਾਂ ਵੈਸੇ ਨਵੀਂ ਪਾਵਾਂਗੇ। ਅਤੇ ਆਹ ਤਾਂ ਹੋ ਗਿਆ ਕੰਮ, ਇਹਨੂੰ ਤਾਂ ਹਟਾਉਣੇ ਆ। ਠੀਕ ਹੈ, ਉਹ ਜਾਮੇ ਇਹਦੀਆਂ ਕਵਾਈਲਾਂ ਮੰਗਾਉਣੀਆਂ ਨੇਗੀਆਂ। ਅਤੇ ਆਹ ਸਕੂਟਰੀ ਇਹੋ ਹੀ ਖੜੀ ਹੈ, ਇਹਦੀ ਵੀ ਵਾਇਰਿੰਗ ਪਾਉਣ ਵਾਲੀ ਹੈ, ਹੈ ਨਾ। ਹਾਂਜੀ, ਇਹ ਫਿਊਜ਼ਾਂ ਨੂੰ ਵੀ ਲੱਗੀਆਂ ਨੇ ਧੁੱਪ ਚੰਗੀ ਤਰ੍ਹਾਂ। ਠੀਕ ਹੈ ਜੀ, ਆਇਆ ਅੰਦਰ ਦਾ। ਕਰ ਆਪਾਂ ਕਾਰਬੇਟਰ ਸਾਫ਼ ਕਰੀਏ, ਕਾਰਬੇਟਰ ਚੱਕ ਅਤੇ ਉਹ ਬਾਠਲੀ ਚੱਕ ਲੈ, ਤਾਰ ਇੱਥੇ ਬਹਿ ਜਾ, ਖੋਲ ਲੈ ਇਹਨੂੰ। ਠੀਕ ਹੈ, ਸਾਰੇ ਨੂੰ ਖੋਲ ਕੇ ਦੇਖੀ, ਪੂਰਾ ਜਾ ਕੇ ਚੰਗੀ ਤਰ੍ਹਾਂ ਸਾਫ਼ ਸਫਾਈਆ ਕਰ ਲਾ ਆਪਾਂ ਇਹਦਾ। ਵੀ ਕਾਰਬੇਟਰ ਖਤਮ ਹੋਣਾ ਸ਼ੁਰੂ ਹੋ ਗਿਆ, ਦੀ ਸਲਾਈਡ ਤਾਂ ਲੱਗ ਗਈ, ਹੋ ਗਈ ਹੁਣ ਲੱਗ ਗਈ ਦੀ ਕੱਟਣਾ। ਦੇਖੋ ਧਰ ਲਿਆ ਦੀ ਵਾਢਾ, ਵੈਸੇ ਹੁਣ ਤਾਂ ਇਹਦਾ ਹੱਲ ਕਰ ਦਾਂਗੇ, ਪੌਲਸ ਮਾਰ ਕੇ ਮਕਲਾਇਲ ਲੱਗ ਜੂਗਾ ਇਹਨੂੰ। ਅਤੇ ਕਾਰਬੇਟਰ ਦੇ ਵੀ ਤੁਹਾਨੂੰ ਹਾਲਾਤ ਦਿਖਾਉਣਾ, ਦੇਖੋ ਹੁਣ ਵਿੱਚ ਇੱਕ ਉਹਦੇ ਪ੍ਰੈਸ਼ਰ ਵੱਜਿਆ ਨਾ, ਪਾਣੀ ਨਾਲ ਸਾਫ਼ ਹੋ ਗਿਆ, ਹੁਣ ਆਪਾਂ ਪੈਟਰੋਲ ਨਾਲ ਧੋਵਾਂਗੇ ਵਿੱਚੋਂ, ਅਤੇ ਕਰਕੇ ਇਹਦਾ ਸਾਫ਼ ਸਫਾਈ ਆ। ਫਿਲਟਰ ਨਵਾਂ ਲਾ ਕੇ ਸਾਂ ਵਾਲਾ ਮਗਲਾਇਲ ਫਿਲਟਰ ਨਵਾਂ ਪਾ ਕੇ ਅਤੇ ਮਗਲਾਇਲ ਨਵਾਂ ਚੇਂਜ ਕਰਕੇ ਸਾਰੀ ਵਾਇਰਿੰਗ ਓਕੇ ਕਰਕੇ ਅਤੇ ਫਿਰ ਦਿਖਾਉਣਾ ਤੁਹਾਨੂੰ ਆਵਾਜ਼। ਜੀ ਆਪਣਾ ਸਮਾਨ ਵੀ ਆ ਗਿਆ, ਪਿਛਲੇ ਲੈਦਰ ਮੁਗਲਾਇਲ ਫਿਲਟਰ, ਬੈਕਲਾਈਟ, ਸਾਂ ਵਾਲਾ ਫਿਲਟਰ, ਨੋਬਲ ਦਾ ਮੁਗਲਾਇਲ,
ਪਿਛਲਾ ਇੰਡੀਕੇਟਰ ਅਤੇ ਬੈਂਟਰੀ ਬਕਸਾ, ਬੈਂਟਰੀ ਲੌਕ, ਹੈੱਡਲਾਈਟ ਰਿਮ। ਅਤੇ ਕਰਦੇ ਹਾਂ ਆਪਾਂ ਇਹਨੂੰ ਸਟਾਰਟ, ਖੋਲ੍ਹਦੇ ਹਾਂ ਪਹਿਲਾਂ ਆਪਾਂ, ਨਾਲੇ ਤਾਂ ਕੱਢ ਦਈਏ ਮੁਗਲੈਲ, ਮੁਗਲੈਲ ਫਿਲਟਰ ਅਤੇ ਪਿਛਲਾ ਚੱਕਾ। ਠੀਕ ਹੈ ਜੀ, ਅਤੇ ਆਓ ਫਿਰ ਕਰੀਏ ਸ਼ੁਰੂ, ਬਣਾਉਂਦੇ ਹਾਂ ਗੱਲਬਾਤ ਫਿਰ ਆਪਾਂ ਇਹਦੀ। ਲਿਆ ਕਰੋ ਮੰਗ 'ਚ ਮਗਲੈਲ, ਦੇਖੋ ਕਿੰਨਾ ਕੁ ਲਿਖ ਲਿਆ ਮੋਟਰਸਾਈਕਲ ਦੇ ਇੰਜਨ 'ਚੋਂ। ਜਿਹਦਾ 2.5 ਲੀਟਰ ਤੇਲ ਪੈਣਾ ਸੀਗਾ, 1.5 ਲੀਟਰ ਤੇਲ ਵੀ ਨਹੀਂ ਲਿਖ ਲਿਆ ਹੈਗਾ, 1.5 ਲੀਟਰ। ਜਿਹਦਾ ਥੱਲੇ ਵਾਲਾ ਫਿਲਟਰ ਵੀ ਸਾਫ਼ ਕਰਾਂਗੇ ਆਪਾਂ, ਨੀਚੇ ਵਾਲਾ ਇੱਕ ਇਹਦੇ ਫਿਲਟਰ ਹੋਰ ਹੁੰਦਾ ਮਗਲੈਲ ਪੰਪ ਨੂੰ ਲੱਗਿਆ ਹੋਇਆ, ਉਹ ਵੀ ਖੋਲ੍ਹਦੇ ਹਾਂ। 8 ਨੰਬਰ ਗੋਟੀ ਦਿਓ ਬਰੀਕ ਰਾਡ ਵਾਲੀ, ਫਿਲਟਰ ਆਉਂਦਾ ਥੱਲੇ ਮਗਲੈਲ ਪੰਪ ਵਾਲਾ, ਇਹ ਵੀ ਬੰਦ ਹੋਇਆ ਪਿਆ। ਦੇਖੋ ਕਚਰਾ ਇਹਦੇ ਕਿੰਨਾ ਹੈਗਾ, ਮੈਗਨੈਟ ਵਾਲੇ 'ਤੇ ਵਿੱਚ ਮੈਗਨੈਟ ਹੁੰਦਾ, ਇਹ ਵੀ ਸਾਫ਼ ਕਰਦੇ ਹਾਂ, ਇਹ ਸਾਫ਼ ਕਰਦੇ ਹਾਂ। ਕਾਰਬੇਟਰ ਆਪਾਂ ਨੇ ਕੱਲ ਹੀ ਸਾਫ਼ ਕਰਤਾ, ਵੀ ਜੁੰਟਾਂ ਸਾਫ਼ ਹੋ ਗਈਆਂ ਸੀਗੀਆਂ, ਇਹ ਤਾਂ ਆਪਾਂ ਨੇ ਫੀਟਿੰਗ ਹੀ ਕਰਨੀ ਆ। ਠੀਕ ਹੈ ਜੀ, ਠੀਕ ਹੈ। ਇਹਦੇ ਵਿੱਚ ਨਵਾਂ ਫਿਲਟਰ ਲਾਉਣਾ, ਅਤੇ ਉਰੇ ਨਵਾਂ ਫਿਲਟਰ ਲਾਉਣਾ, ਅਤੇ ਹੁਣ ਮੈਂ ਇਹਦੀ ਸਾਫ਼ ਸਫਾਈਆਂ ਕਰ ਲਵਾਂ ਪਹਿਲੇ। ਠੀਕ ਹੈ ਜੀ, ਠੀਕ ਹੈ, ਖੜ੍ਹ 2 ਮਿੰਟ। ਰੋਇਲ ਦਾ ਓਰੀਜਨਲ ਨਟ ਵੀ ਲਾ ਕੇ, ਥੱਲੇ ਵਾਲਾ ਫਿਲਟਰ ਵੀ ਲਾ ਕੇ, ਇਹ ਫਿਲਟਰ ਵੀ ਪੈ ਗਿਆ, ਅਤੇ ਆਹ ਫਿਲਟਰ ਵੀ ਆਪਾਂ ਪਾ ਦਈਏ। ਕਾਰਬੇਟਰ ਆਪਣਾ ਸਾਫ਼ ਹੈ, ਅਤੇ ਤੋਂ ਬਾਅਦ ਆਪਾਂ ਮਗਲੈਲ ਪਾਉਂਦੇ ਹਾਂ। ਠੀਕ ਹੈ ਜੀ, ਮਗਲੈਲ ਨਟ ਥੱਲੇ ਵਾਲੇ ਲਾ ਤੇ, ਨਾਲੇ ਮਗਲੈਲ ਫਿਲਟਰ ਪੈ ਗਿਆ। ਠੀਕ ਹੈ, ਠੀਕ ਹੈ ਜੀ, ਅਤੇ ਕੁਛ ਮਗਲੈਲ ਇਹਦੇ ਉੱਧਰਲੇ ਪਾਸੇ ਸਾਈਡ ਦੀ ਬੂਕ ਲੱਚ 'ਚ। ਠੀਕ ਹੈ ਜੀ, ਦੋ ਥਾਂ ਤੋਂ ਨਿਕਲਦਾ ਹੁੰਦਾ ਇਹਨਾਂ ਦੇ, 12 ਨੰਬਰ ਨਟ ਹੁੰਦਾ, 19 ਨੰਬਰ। ਠੀਕ ਹੈ, 1-8 ਨੰਬਰ ਦੇ ਨਟ ਖੋਲ੍ਹ ਕੇ ਮਗਲੈਲ ਫਿਲਟਰ ਖੋਲ੍ਹ ਲਏ। ਠੀਕ ਹੈ ਜੀ, ਬਸ ਠੀਕ ਆ, ਹੁਣ ਮੈਂ ਕਾਰਬੇਟਰ ਪਾ ਕੇ ਉੱਧਰ ਮਗਲੈਲ ਫੇਰ ਹੀ ਪਾਉਣਾ। ਠੀਕ ਹੈ, ਨੀਚੇ ਕਰਕੇ ਕਈ ਵਾਰ ਦੱਸ ਵੀ ਪਾ ਲਾਵਾਂ। ਠੀਕ ਹੈ ਜੀ, ਗੱਲ ਦੱਸਾਂ ਤੁਹਾਨੂੰ ਪੰਜਾਬੀ ਵੀਰੋ, ਉਰੇ ਬਾਬਾ ਦੀਪ ਸਿੰਘ ਦੀ ਫੋਟੋ ਨਾ ਲਗਵਾਇਆ ਕਰੋ, ਪਤਾ ਕੀ ਗੱਲ ਹੈ, ਬੇਅਦਬੀ ਹੁੰਦੀ ਹੈ ਜਦੋਂ ਆਪਾਂ ਤਾਂ ਉਰੇ ਬਹਿ ਜਾਂਦੇ ਹਾਂ, ਇੱਥੇ ਆਪਣੇ ਪੱਟ 'ਤੇ ਲੱਤਾਂ ਆ ਜਾਂਦੀਆਂ ਨੇ,
ਆ ਜਾਂਦੇ ਨੇ ਇਹਨਾਂ ਪੱਟ 'ਤੇ ਲੱਤਾਂ ਉੱਚੇ ਆਪਾਂ ਬਹਿ ਜਾਂਦੇ ਹਾਂਗੇ। ਪੂਰੇ ਵੀਰ ਬਣ ਕੇ ਬੇਨਤੀ ਹੈ, ਪੂਰੇ ਫੋਟੋ ਨਾ ਲਗਵਾਇਆ ਕਰੋ ਬਾਬਾ ਦੀਪ ਸਿੰਘ ਜੀ, ਠੀਕ ਹੈ ਜੀ। ਕੋਈ ਹੋਰ ਫੋਟੋ ਲਵਾ ਲਿਆ ਕਰੋ ਅਤੇ ਗੁਰੂ ਮਹਾਰਾਜ ਦੀ ਅਤੇ ਸੰਤਾਂ ਦੀ ਫੋਟੋ ਉਹਦੇ ਨਾਲ ਆਇਆ ਕਰੋ, ਨਾ ਉੱਧਰ ਅਗਲੀ ਬੈਂਡਰੀ ਬਕਸੇ ਅਤੇ ਨਾ ਇੱਧਰਲੇ ਬਕਸੇ 'ਤੇ, ਠੀਕ ਹੈ ਜੀ। ਤੁਹਾਨੂੰ ਮੇਰੀ ਵਧੀਆ ਗੱਲ ਲੱਗੀ ਤਾਂ ਬੇਨਤੀ ਹੈ ਇਹ। ਲੈ ਵੀ ਮਗਲੈਲ ਬਦਲਿਆ ਗਿਆ, ਫਿਲਟਰ ਪੈ ਗਏ, ਕਾਰਬੇਟਰ ਸਾਫ਼ ਹੋ ਗਿਆ, ਤਾਰ ਵਾਇਰਿੰਗ ਨਾ ਇਦੂ ਬਾਅਦ ਕਰਦੇ ਹਾਂ ਆਪਾਂ, ਨਾਲ ਲੈਦਰ ਕਰ ਦਈਏ, ਚੈਨ ਚੂਨ ਸਹੀ ਕਰਕੇ, ਠੀਕ ਹੈ। ਠੀਕ ਹੈ ਜੀ, ਅਤੇ ਬਸ ਪੱਟ ਲਈਏ ਚੱਕਾ ਆਪਾਂ, ਠੀਕ ਹੈ ਜੀ। ਲੈਦਰਾਂ ਦੀ ਦੇਖੀ, ਚੱਲ ਦਿਖਾ ਮੈਂ ਤੈਨੂੰ ਕਿੰਨੀ ਕੁ ਹੈ, ਇਹ ਇੰਨੀ ਕੀ ਹੈ। ਲੈ ਜਿਹਨੂੰ ਮੰਗਿਆ ਦਿੱਤਾ ਸੀ ਮਾਂ ਦੇ ਪੁੱਤ ਨੇ, ਲੈਦਰ ਵੀ ਨਹੀਂ ਪਵਾਏ ਉਹ, ਇਹ ਚੈਨ ਦੇਖੀ। ਲੈ ਵੀ ਭਲਿਆ ਮਾਨਸਾ ਤੂੰ ਸੰਦਾ ਅਗਲੇ ਦਾ ਲੈ ਗਿਆ, ਇਹਨੂੰ ਮਾੜਾ ਮੋਟਾ ਤਾਂ ਦੇਖਭਾਲ ਕਰ ਲੈ ਦੀ ਕਰੇ ਹੋਰ ਜੀ। ਲੈ ਚੱਟੇ ਪਏ ਨੇ, ਸਪਰਿੰਗ ਟੁੱਟਿਆ ਪਿਆ, ਇੱਕ ਸਪਰਿੰਗ ਨਹੀਂ ਹੈਗਾ ਪਿਛਲੇ ਲੈਦਰ। ਐੱਮ ਆਰ ਪੀ ਹੈ 350 ਹੈਗੇ ਨੇ ਓਰੀਜਨਲ ਰੋਇਲ ਦੇ ਵਿੱਚ ਸਮੇਤ ਉਹ ਹੋਣਗੇ ਇਹ ਸਪਰਿੰਗ। ਇਹਦਾ ਸਪਰਿੰਗ ਵਾਲੇ ਟੁੱਟ ਗਿਆ ਇੱਕ ਤਾਂ ਪਹਿਲਾਂ, ਠੀਕ ਹੈ ਜੀ, ਠੀਕ ਹੈ ਜੀ। ਅਤੇ ਮੈਂ ਕਰਦਾ ਫੀਟਿੰਗ ਇਹਦੀ ਨਾਲੇ ਵਾਇਰਿੰਗ, ਵਾਇਰਿੰਗ ਸਹੀ ਹੈ, ਵਾਇਰਿੰਗ 'ਚ ਨਹੀਂ ਕੋਈ ਚੱਕਰ, ਗਰਾਰੀ ਦੇ ਦਿੰਦੇ ਠੀਕ ਨੇਗੇ, ਚੈਨ ਦੇਖਦੇ ਕਿਵੇਂ ਹੈ ਅਤੇ ਕੇਮ ਮੈਂ ਸਾਫ਼ ਕਰ ਲਈ, ਨਾਲੇ ਇਹਦੀ ਸਫਾਈ ਕਰ ਲਈ, ਅਤੇ ਲੈਦਰ ਮੈਂ ਫਿੱਟ ਕਰਕੇ ਫਿਰ ਤੈਨੂੰ ਅੱਗੇ ਦੱਸਦਾ, ਠੀਕ ਹੈ ਜੀ। ਠੀਕ ਹੈ, ਦੋ ਕੁੰਡੀਆਂ ਇੱਧਰ ਪੈ ਗਈਆਂ, ਦੋ ਇੱਧਰ ਪੈ ਗਈਆਂ, ਠੀਕ ਹੈ, ਠੀਕ ਹੈ। ਅਤੇ ਕੀ ਕਰਨਾ ਤੁਸੀਂ ਨੇ ਉਰੇ, ਮਾੜਾ ਜਿਹਾ ਮਗਲੈਰ ਮੈਂ ਤਾਂ ਲਾਇਆ ਹੋਇਆ, ਉਰੇ ਵੀ ਇਹ ਸਾਫ਼ ਸਫਾਈ ਕੀਤੀ ਹੋਈ ਹੈ, ਅਤੇ ਇਸ ਲੋਟ ਐਂ ਕਰ ਲੈਣੇ ਨੇ, ਐਂ ਕਰਕੇ ਇਹਨੂੰ ਬੱਸਾਂ ਐਂ ਦੱਬ ਦਿਓ, ਇੱਧਰੋਂ ਮਾੜਾ ਪੇਜ ਕਰ ਲੈਣਾ, ਚੱਕ ਕੇ ਇਹਦੀਆਂ ਝਿਰੀਆਂ 'ਚ ਕਰ ਦਿਓ ਇੱਥੇ, ਇੱਧਰੋਂ ਚੱਕ ਕੇ ਇੱਥੇ, ਠੀਕ ਹੈ ਜੀ, ਠੀਕ ਹੈ ਜੀ। ਆ ਗਿਆ ਫਿੱਟ, ਹੁਣ ਇਹਦੇ ਵਿੱਚ ਧਰ ਲਓ। ਲੈ ਪਹਿਲਾਂ ਚੱਲ ਕਿੰਨੀ ਕੁ, ਹੁਣ ਮਾੜੇ ਨਾਲ ਬਰੇਕ ਲਿਆ ਕਰੂੰਗਾ, ਠੀਕ ਹੈ ਜੀ, ਅਤੇ ਬਸ ਹੁਣ ਇਹਦੇ ਵਿੱਚ ਫਿੱਟ ਹੀ ਕਰਨਾ ਆਪਾਂ, ਕਰ ਦਈਏ, ਠੀਕ ਹੈ ਜੀ। ਬਸ ਠੀਕ ਹੈ ਜੀ, ਮਾਰ ਦੂ ਠੀਕ ਹੈ ਜੀ, ਮਾਰਤਾ ਵੀ ਕਹਿੰਦਾ ਠੀਕ ਹੈ ਜੀ। ਹੁਣ ਠੀਕ ਹੈ, ਚਲੋ ਹੁਣ ਠੀਕ ਹੈ, ਹੋ ਗਿਆ ਚੱਕਾ ਰੇਲਾ, ਹਾਲੇ ਬਣ ਕੇ ਬਰੇਕ ਹੋ ਗਏ। ਲੈ ਵੀ ਹੁਣ ਕਰਾਂਗੇ ਆਪਾਂ ਤਾਰਾਂ ਦੀ ਫੀਟਿੰਗ, ਤਾਰਾਂ ਦੀ ਫੀਟਿੰਗ ਦਾ ਕੀ ਕਰਨਾ, ਸਭ ਤੋਂ ਪਹਿਲਾਂ ਤੁਸੀਂ ਨੇ ਤਾਰਾਂ ਚੈੱਕ ਕਰ ਲੈਣੀਆਂ ਨੇ ਸਾਰੀਆਂ, ਤਾਰ ਆਪਣੀ ਟੁੱਟੀ ਤਾਂ ਨਹੀਂ ਹੋਈ, ਠੀਕ ਹੈ, ਸਾਰੀਆਂ ਚੈੱਕ ਕਰਕੇ ਫਿਰ ਤੁਸੀਂ ਕਰਨਾ, ਜਿਵੇਂ ਆਹ ਸ਼ੂ ਵਿੱਚ ਥਿੰਬਲਾਂ ਨੇ, ਇਹ ਸ਼ੂ ਦੇ ਵਿੱਚ ਗਰੀਸ ਭਰ ਲੈਣਾ, ਜਿਵੇਂ ਆਹ ਇਹ 'ਚ ਭਰ ਲੈਣਾ, ਜਿਵੇਂ ਆਹ ਥਿੰਬਲਾਂ ਇਹ 'ਚ ਗਰੀਸ ਨਹੀਂ ਭਰਨਾ, ਕੋਈ ਵੀ ਸ਼ੂ ਹੈ ਤੁਹਾਨੂੰ ਇਸ ਰੋਟ ਦਾ ਹੈਗਾ, ਠੀਕ ਹੈ, ਜਿੰਨੇ ਵੀ ਸ਼ੂ ਨੇ ਜਿਵੇਂ ਆਹ ਦੂ ਹੈ ਵਿੱਚ ਨੰਗਾਈ ਦਿੰਦਾ, ਇਹਦੇ ਵਿੱਚ ਗਰੀਸ ਭਰਨਾ, ਜਿਵੇਂ ਆਹ ਥਿੰਬਲਾਂ ਨੇ ਬਾਹਰੇ ਨੰਗੀਆਂ, ਇਹ 'ਚ ਗਰੀਸ ਨਹੀਂ ਪਾਉਣਾ,
ਹੁਣ ਆਪਾਂ ਗਰੀਸ ਦਾ ਕੰਮ ਕਰ ਲਈਏ, ਚੱਲੀ ਜਾਂ ਤੇਰਾ ਕੈਮਰਾ ਅਤੇ ਮੈਂ ਇੱਕ ਸੂਚ ਗਰੀਸ ਪਾ ਕੇ ਦਿਖਾ ਦਾਂ ਇੱਥੇ ਕੀ ਪਾਵੇ। ਇਹਦੇ ਨਾਲ ਕੀ ਹੁੰਦਾ, ਨਾ ਤਾਂ ਇਹਨੂੰ ਪਾਣੀ ਲੱਗੇ, ਇਹਦੇ ਵਿੱਚ ਜਿਹੜੀਆਂ ਇਹਦੀਆਂ ਥਿੰਬਲਾਂ ਪੈ ਜਾਣਗੀਆਂ, ਮਤਲਬ ਕਿ ਜਿਵੇਂ ਇਹਨੂੰ ਆਹ ਸ਼ੂਟ ਕਰੂਗਾ ਉਹ ਪੱਤੀਆਂ ਇਹਦੇ ਵਿੱਚ ਵੜ ਜਾਣਗੀਆਂ, ਨਾ ਤਾਂ ਮੋਟਰਸਾਈਕਲ ਝੂਟੇ ਮਾਰੇ ਨਾ ਕਰੰਟ ਛੱਡੇ, ਠੀਕ ਹੈ, ਇਹਦਾ ਇਹ ਮਤਲਬ ਹੁੰਦਾ। ਅਤੇ ਨਾ ਹੀ ਗਰੀਸ ਇਹਦੇ ਨਾਲ ਪਾਣੀ ਲੱਗਣ ਦੇ ਪਾਉਣਾ, ਉਸੇ ਸ਼ੂਚ ਹੈ ਜਿਹੜੀਆਂ ਥਿੰਬਲਾਂ ਨੇ, ਠੀਕ ਹੈ। ਹੁਣ ਮੈਂ ਗਰੀਸ ਭਰ ਲਿਆ, ਇਹਦੇ ਬਾਅਦ ਆਪਾਂ ਇਹਨੂੰ ਮਿਲਾ ਦਾਂਗੇ ਇੱਕ ਦੂਜੇ ਨਾਲ, ਠੀਕ ਹੈ, ਓਕੇ, ਬਸ ਠੀਕ ਹੈ, ਠੀਕ ਹੈ ਜੀ। ਹੁਣ ਮੈਂ ਇੱਕ ਦੂਜੇ ਨਾਲ ਇਹਨਾਂ ਨੂੰ ਮਿਲਾਉਂਗਾ, ਫਿਰ ਤੈਨੂੰ ਦੱਸਦਾ ਅੱਗੇ, ਠੀਕ ਹੈ, ਠੀਕ ਹੈ ਜੀ। ਚਲੋ ਠੀਕ ਹੈ, ਫਿਰ ਟੈਂਕੀ ਕਰੋ ਜੀ, ਗਰੀਸ ਭਰਿਆ ਗਿਆ, ਗਰੀਸ ਭਰ ਕੇ ਆਪਣੇ ਜੈਕ ਲੱਗ ਗਏ ਸਾਰੇ, ਨਾਲੇ ਇੱਧਰਲੇ ਲਾ ਲਏ, ਨਾਲੇ ਇੱਧਰਲੇ ਲਾ ਲਏ, ਠੀਕ ਹੈ ਜੀ। ਚਲੋ ਉੱਧਰਲੀ ਸਾਈਡ, ਤੁਸੀਂ ਉੱਧਰਲੀ ਸਾਈਡ ਚੱਲ, ਕੈਮਰਾ ਚੱਲਦਾ ਰੱਖ ਕੇ, ਅਤੇ ਇੱਧਰਲੇ ਵੀ ਲੱਗ ਗਏ ਆਪਣੇ, ਨੀਚੇ ਵਾਲੇ ਵੀ ਲੱਗ ਗਏ। ਹੁਣ ਆਪਾਂ ਸੁੱਚ ਲਾਉਂਦੇ ਹਾਂ ਵੀ ਦੇਖਦੇ ਹਾਂ ਬੱਤੀ ਆਊਗੀ ਕਦੇ, ਆ ਇੱਧਰ ਆ ਗਈ, ਹੁਣ ਹਾਰਨ ਦੇਖ ਵੱਜੂਗਾ ਵੱਜਦਾ, ਅਤੇ ਹੁਣ ਆਪਾਂ ਇਹਨੂੰ ਆਹ ਫੇਰ ਪੱਕਾ ਕਰਾਂਗੇ, ਮਾੜਾ ਸਟਾਰਟ ਕਰਕੇ ਦੇਖਦੇ ਹਾਂ, ਸਟਾਰਟ ਵੀ ਸੁੱਚ ਕਰ ਲਾ ਹਲੇ, ਚੱਲ ਲੱਗੀ ਰਹਿਣ ਦੇ ਗੁਰੂ ਜੀ। ਸੁੱਚ ਲੱਗੀ ਹੋਈ ਹੈ, ਪਲੱਗ ਪਲੱਗ ਆਪਣੇ ਲੱਗ ਗਏ ਸਾਰੇ, ਓਕੇ ਠੀਕ ਹੈ ਜੀ। ਚੱਲ ਵੀ ਮਿੱਤਰਾਂ ਹੋ ਗਿਆ ਸਟਾਰਟ, ਕਰਦੀ ਹੈ ਰਵੀ ਸਟਾਰਟ, ਫਿਰ ਬਾਰ ਵਾਟ ਨੀਚੇ, ਚੱਲ ਬਾਈ ਪੈਟਰੋਲ ਮਾੜਾ ਜਿਹਾ ਲੰਘ ਜਾਣ ਦੇ ਨੀਚੇ, ਫਿਰ ਆਪਾਂ ਇੱਥੇ ਨਾ ਮੈਂ ਉਹ ਲਿਆਉਣਾ ਚੱਕ ਕੇ, ਆਹ ਕਾਵਰਾ ਆਪਣਾ ਇੱਥੇ ਲੱਗ ਜਾਣਾ ਹੈ, ਠੀਕ ਹੈ, ਆਹ ਇੱਕ ਕਾਵਰਾ ਇਹ ਅੰਦਰਲੇ ਪਾਸੇ ਲੱਗ ਜਾਣਾ ਇਸ ਸਕੂਟੀ, ਤਾਰਾਂ ਇਕੱਠੀਆਂ ਕਰਕੇ, ਠੀਕ ਹੈ, ਠੀਕ ਹੈ ਜੀ। ਅਤੇ ਆ ਜਾ ਮੈਂ ਕਾਵਰ ਲਾਉਂਦਾ ਇੱਧਰਲੀ ਸਾਈਡ, ਆ ਜਾ ਆਪਾਂ ਟੈਂਕੀ ਵੀ ਸਾਫ਼ ਕਰਦੇ ਹਾਂ, ਇੱਧਰ ਟੈਂਕੀ ਟੈਂਕੀ ਆਪਣੀ ਸਾਫ਼ ਕਰਕੇ, ਟੀ ਸਾਫ਼ ਕਰਕੇ, ਇਹਦੇ ਕੋਲ ਕਾਚਰਾ ਇਹਦੇ ਵਿੱਚ ਸਾਰਾ ਕੱਢਿਆ ਪਿਆ, ਠੀਕ ਹੈ, ਮਤਲਬ ਪੈਟਰੋਲ ਇਹਦੇ ਵਿੱਚ ਪਿਆ, ਇਹ ਮੈਂ ਸਾਰੀ ਸੁੱਕਣੀ ਲਾਈ ਹੋਈ ਹੈ, ਵੀਲੇ ਸੁੱਕ ਜਾਣ ਦੇ ਲੀਕ ਲੂਕ ਨਾ ਹੋ ਜਾਵੇ, ਫਿਰ ਆਪਾਂ ਟੈਂਕੀ ਫੀਟ ਇੰਗ ਕਰਦੇ ਹਾਂ, ਮਗਰਾਟਰ ਲਾਉਂਦੇ ਹਾਂ, ਠੀਕ ਹੈ, ਠੀਕ ਹੈ ਜੀ। ਪਹਿਲਾਂ ਪਾਣੀ ਨਾ ਮਾਰ ਲਈਏ, ਅਤੇ ਮਾਰ ਲਓ ਪਾਣੀ ਮਾਰ ਲਾਉਣਾ, ਮਾਰ ਕੇ
ਲੱਗ ਗਈ, ਬੈਕ ਲਾਈਟ ਸ਼ੀਸ਼ਾ ਲੱਗ ਗਿਆ ਅਤੇ ਨਾਲ ਹੀ ਇੰਡੀਕੇਟਰ, ਠੀਕ ਹੈ, ਅਤੇ ਪਾਰਕ ਲਾਈਟਾਂ ਦੇ ਬੱਲਬ ਪੈ ਗਏ, ਬੈਂਟਰੀ ਬਕਸਾ ਲੱਗ ਗਿਆ, ਕਲੱਚ ਲੀਵਰ ਨਵਾਂ ਪੈ ਗਿਆ ਅਤੇ ਕਲੱਚ ਤਾਰ 'ਤੇ ਹੁਣ ਆਪਾਂ ਖੋਲ੍ਹਾਂਗੇ ਸ਼ੌਕਰ 'ਤੇ, ਹੁਣ ਆਪਾਂ ਕਰ ਲਈਏ ਬੈਕ ਬੱਤੀ ਚੱਲਦੀ ਚੈੱਕ, ਇੰਡੀਕੇਟਰ ਤਾਂ ਪਈ ਚੱਲ, ਬ੍ਰੇਕ ਬੱਤੀ ਵੀ ਓਕੇ ਹੋ ਗਈ, ਠੀਕ ਹੈ ਜੀ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ, ਵੀਡੀਓ ਜ਼ਿਆਦਾ ਲੰਬੀ ਹੋਈ ਜਾਂਦੀ ਹੈ, ਅਤੇ ਹੁਣ ਆਪਾਂ ਲੱਗਦੇ ਹਾਂ ਸ਼ੌਕਰ ਖੋਲ੍ਹਣ। ਹਾਲਾਤ ਹੀ ਬੜੇ ਮਾੜੇ ਹੋਏ ਪਏ ਨੇ ਸ਼ੌਕਰਾਂ ਦੇ, ਠੀਕ ਹੈ ਜੀ। ਹੁਣ ਮੇਰੀ ਗੱਲ ਸੁਣੋ, ਆਪਾਂ ਇਹ ਕਰਾਂਗੇ ਅੱਗਰ ਕਰੀ ਖਿਆਲ, ਸ਼ੌਕਰਾਂ ਦੇ ਚਿੜੀਆਂ ਦਾ ਆਪਾਂ ਨੇ ਬਹੁਤ ਦੋ ਤਿੰਨ ਕਿੱਲ ਪਾਈਆਂ ਹੋਈਆਂ ਨੀਗੀਆਂ, ਹੁਣ ਇਹਨੂੰ ਭਰ ਕੇ ਕੰਪਲੀਟ ਕਰਕੇ ਪਟਾਈ ਲੈਂਦੇ ਹਾਂ, ਠੀਕ ਹੈ ਜੀ। ਠੀਕ ਹੈ ਜੀ, ਬੈਗਾਂ ਦਾ ਹੋ ਗਈਆਂ ਸਾਫ ਐਨ ਬਣ ਗਈ ਗੱਲ ਵਿੱਚੋਂ, ਅਤੇ ਰਾੜਾ ਹਾਲੇ ਤੇਲ ਨੂੰ ਚੜੀ ਜਾਂਦਾ, ਠੀਕ ਹੈ। ਆਪਾਂ ਲੈਦਰ ਪਲੇਟ ਦੇ ਜਾਂ ਲੈਦਰ ਲੈਦਰ ਵੀ ਜਾਮ ਜੂਮ ਖੜੇ ਜੀ, ਲੈਦਰ ਦਾ ਖਤਮ ਨੇ ਯਾਰ, ਬਾਕੀ ਜਾਮ ਵੀ ਨੇ ਜੀ, ਮੈਂ ਚੈੱਕ ਕਰੇ ਨੇ ਹੁਣ, ਚੈੱਕ ਕਰੇ ਗਿਆ ਸਪਰਿੰਗ ਉੱਥੇ ਜੜ ਪਈ ਗਈ ਹੈ, ਇੱਧਰ ਕੀ ਹਾਲਾਤ ਹੋਏ ਪਏ ਨੇ, ਆਹ ਵੀ ਜਾਮ ਹੈ, ਗਰੀਸ ਕਰ ਦਾਂਗੇ, ਠੀਕ ਹੈ ਜੀ। ਹਲਦੀ ਨਹੀਂ ਤਾਂ ਖੋਲ੍ਹ ਕੇ ਚੀਮਾ ਸਾਫ ਕਰਨੇ ਪੈਣਗੀਆਂ, ਚੱਲ ਕੋਈ ਨਾ, ਠੀਕ ਹੈ ਜੀ। ਠੀਕ ਹੈ ਜੀ। ਦੋਸਤੋ ਇਸ ਤੋਂ ਬਾਅਦ ਹੁਣ ਵੀਡੀਓ ਇਹਦੀ ਆਊਗੀ, ਕਲਾਸਕ ਦੀ ਰੋਇਲ ਇਨਫੀਲਡ ਕਲਾਸਕ 500 CC, ਠੀਕ ਹੈ ਜੀ। ਉਹ ਤਾਂ ਗੱਡੀ ਆਪਣੀ ਹੋ ਗਈ ਤਿਆਰ ਕੰਪਲੀਟ, ਅਤੇ ਸ਼ਟਰ ਲੱਗ ਗਿਆ, ਟਾਈਮ ਵੀ ਬਹੁਤ ਹੋ ਗਿਆ, ਅਤੇ ਹੁਣ ਆਪਾਂ ਦੁਕਾਨ ਵਧਾਉਂਦੇ ਹਾਂ ਅਤੇ ਟਰਾਈ ਲਵਾਂਗੇ ਸਵੇਰੇ, ਅਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ, ਅਤੇ ਤੁਹਾਨੂੰ ਆਪਣਾ ਕੰਮ ਵਧੀਆ ਲੱਗਿਆ, ਠੀਕ ਹੈ ਜੀ, ਅੱਗੇ ਵੀ ਸ਼ੇਅਰ ਕਰ ਦਿਓ, ਓਕੇ ਦੋਸਤੋ, ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ, ਠੀਕ ਹੈ ਜੀ, ਓਕੇ, ਲਾਈਕ ਜ਼ਰੂਰ ਮਾਰਨਾ, ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ।